ਕਿਹੜਾ ਬੈਕਵਰਡ ਹੋਇਆ, ਜੱਟ ਹੋਣਾ ਕਿਉਂਕਿ ਡੰਡਾ, ਮੈਂ ਵੀ ਜੱਟਾਂ ਦਾ ਮੁੰਡਾ, ਅਸੀਂ ਏਦਾਂ ਦੇ ਕਈ ਦੇਖੇ ਨੇ। ਮੇਰੀ ਤਾਂ ਨੋਨ ਹਿਸਟਰੀ ਆ ਕਿ ਕਦੀ ਭੱਜਿਆ ਨਹੀਂ। ਕਿਹੜੀ ਇਹੋ ਜਿਹੀ ਚੀਜ਼ ਤੁਹਾਨੂੰ ਟ੍ਰਿਗਰ ਕਰ ਗਈ ਕਿ ਤੁਹਾਨੂੰ ਉੱਠ ਕੇ ਉੱਥੋਂ ਬਾਹਰ ਆਉਣਾ ਪੈ ਗਿਆ? ਇੱਕ ਐਡੀ ਨਾਮਵਰ ਪੋਜੀਸ਼ਨ ਤੇ ਰਹਿ ਕੇ ਬੰਦਾ ਕਹਿ ਰਿਹਾ ਕਿ ਸਿੱਖ ਰਾਇਟਸ ਆ, ਸੋ ਆਈ ਹੈਵ ਟੂ ਓਬਜੈਕਟ। ਮੈਂ ਜ਼ਿੰਦਗੀ ਲਾਈ ਹੈ ਉਸ ਚੀਜ਼, ਇਹ ਜਸਟੀਫਾਈ ਕਰ ਰਿਹਾ ਗਿਆਨੀ ਜੈਲ ਸਿੰਘ ਦੇ ਰੋਲ ਨੂੰ, ਮੈਂ ਉਸ ਨੂੰ ਟੋਟਲੀ ਅਪੋਜ਼ ਕਰਦਾ। ਅਪੋਜ਼ ਕਰਨ ਦਾ ਕਾਰਨ? ਮੈਂ ਆਉਣਾ ਨਹੀਂ ਸੀਗਾ, ਇਹਨੇ ਕੇ ਸੀ ਸਿੰਘ ਨੇ ਮੈਨੂੰ ਮੈਸੇਜ ਭੇਜਿਆ ਪਰਸਨਲ, ਦੈਟਸ ਵਾਈ ਆਈ ਕੇਮ। ਉੱਥੇ ਜਿਹੜੀ ਹੀਟਿਡ ਐਕਸਚੇਂਜ ਹੋਈ ਆ ਆਪਸ ਦੇ ਵਿੱਚ, ਜਿਹੜੀ ਹੀਟਿਡ ਆਰਗੂਮੈਂਟ ਹੋਈ ਆ, ਐਂਡ ਤੇ ਆ ਕੇ ਉਹਨਾਂ ਨੂੰ ਇਹ ਕਹਿਣਾ ਪੈ ਗਿਆ ਕੇਸੀ ਸਿੰਘ ਨੂੰ ਕਿ ਇਫ ਯੂ ਵਿਲ ਬੀ ਰੂਡ ਦੈਨ ਆਈ ਹੈਵ ਟੂ ਬੀ ਰੂਡ ਵਿਦ ਯੂ, ਔਰ ਮੈਂ ਵੀ ਜੱਟ ਆ। ਜੇ ਬੰਦੇ ਸਾਡੇ ਅਸੀਂ ਜਿਨ੍ਹਾਂ ਨਾਲ ਜਾਮ ਲੱਗਦਾ ਨਾ ਮੇਰੇ ਮਾਰਿਆਂ ਤੇ, ਘਰਾਂ ਚੋਂ ਕੱਢ ਕੇ ਮਾਰੇ ਨੇ, ਭਾਵੇਂ ਜਨਰਲ ਵੈਦਿਆ ਸੀ ਤੇ ਭਾਵੇਂ ਮਾਕਨੂੰ ਸੀ, ਤੇ ਕਹਿ ਕੇ ਮਾਰੇ ਨੇ। ਕੇਸੀ ਸਿੰਘ ਹੋਰਾਂ ਦੀ ਬੁੱਕ ਲਾਂਚ ਸੀਗੀ, ਔਰ ਕਿਤਾਬ ਖਾਸ ਤੌਰ ਤੇ ਲਿਖੀ ਗਈ ਹੈ ਗਿਆਨੀ ਜੈਲ ਸਿੰਘ ਜੀ ਹੋਰਾਂ ਦੇ ਉੱਤੇ, ਔਰ ਇਸ ਮੌਕੇ ਤੇ ਕੁੱਕੀ ਗਿੱਲ ਹੋਰਾਂ ਨੂੰ ਖਾਸ ਤੌਰ ਤੇ ਇਨਵੀਟੇਸ਼ਨ ਵੀ ਭੇਜਿਆ ਗਿਆ ਸੀਗਾ। ਲੇਕਿਨ ਜਦੋਂ ਮੰਚ ਤੋਂ ਦੋ ਚਾਰ ਗੱਲਾਂ ਹੋਈਆਂ ਤਾਂ ਕੁੱਕੀ ਗਿੱਲ ਹੋਰੀ ਆਪਣੀ ਕੁਰਸੀ ਤੋਂ ਖੜ੍ਹੇ ਹੋ ਕੇ ਉਹਨਾਂ ਨੇ ਉਸ ਵਕਤ ਉਹਨਾਂ ਨੂੰ ਟੋਕਿਆ ਔਰ ਕਿਹਾ ਕਿ ਜਿਸ ਨੂੰ ਤੁਸੀਂ ਸਿੱਖਾਂ ਦੇ ਖਿਲਾਫ ਦੰਗਾ ਕਹਿ ਰਹੇ ਹੋ ਜਾਂ ਰਾਇਟ ਵਰਡਸ ਯੂਜ਼ ਕਰ ਰਹੇ ਹੋ ਉਹ ਗਲਤ ਹੈ, ਉਸ ਦੀ ਥਾਂ 'ਤੇ ਇਹ ਵਰਡ ਯੂਜ਼ ਕਰੋ ਕਿ ਉਹ ਸਿੱਖ ਕਤਲੇਆਮ ਸੀ, ਸਿੱਖ ਕਾਰਨੇਜ ਸੀ। ਔਰ ਉਸ ਤੋਂ ਬਾਅਦ ਵੀ ਕੁਝ ਚੀਜ਼ਾਂ ਇਹੋ ਜਿਹੀਆਂ ਹੁੰਦੀਆਂ ਨੇ ਜਿਸ ਤੋਂ ਬਾਅਦ ਕੁੱਕੀ ਗਿੱਲ ਜੀ ਉੱਥੋਂ ਉੱਠ ਕੇ ਵਾਪਸ ਬਾਹਰ ਆ ਜਾਂਦੇ। ਕੁੱਕੀ ਗਿੱਲ ਮੇਰੇ ਨਾਲ ਨੇ, ਕਿਹੜੀ ਇਹੋ ਜਿਹੀ ਚੀਜ਼ ਤੁਹਾਨੂੰ ਟ੍ਰਿਗਰ ਕਰ ਗਈ ਕਿ ਤੁਹਾਨੂੰ ਉੱਠ ਕੇ ਉੱਥੋਂ ਬਾਹਰ ਆਉਣਾ ਪੈ ਗਿਆ? ਉਹ ਤਾਂ ਗਿਆਨੀ ਜੈਲ ਸਿੰਘ ਜੀ ਦੇ ਬਾਰੇ ਜਿਹੜੀ ਕਿਤਾਬ ਲਿਖੀ ਉਹਨਾਂ ਨੇ, ਔਰ ਜੋ ਉਹਨਾਂ ਨੇ ਆਪਣੇ ਹਿਸਾਬ ਦੇ ਨਾਲ ਇਹ ਪੋਰਟਰੇ ਕਰਦੇ ਪਏ ਕਿਤਾਬ ਦੇ ਥਰੂ ਕਿ ਗਿਆਨੀ ਜੈਲ ਸਿੰਘ ਨੂੰ ਜਿਸ ਤਰੀਕੇ ਨਾਲ ਦੇਖਿਆ ਜਾਂਦਾ ਸੀਗਾ ਉਹ ਉਸ ਤਰੀਕੇ ਦੇ ਨਹੀਂ ਸੀ, ਲੇਕਿਨ ਤੁਹਾਨੂੰ ਕਿਹੜੀ ਚੀਜ਼ ਟ੍ਰਿਗਰ ਕਰ ਗਈ? ਉਹਨਾਂ ਨੇ ਇਹ ਪੋਰਟਰੇ ਕੀਤਾ, ਪਹਿਲੇ ਜਸਟਿਸ ਸੋਢੀ ਬੋਲਿਆ, ਮੈਨੂੰ ਨਹੀਂ ਪਤਾ ਉਹ ਕਦੋਂ ਜਸਟਿਸ ਰਿਹਾ ਜਾਂ ਕੀ ਨਹੀਂ ਰਿਹਾ। ਇੱਕ ਐਡੀ ਨਾਮਵਰ ਪੋਜੀਸ਼ਨ ਤੇ ਰਹਿ ਕੇ ਬੰਦਾ ਕਹਿ ਰਿਹਾ ਕਿ ਸਿੱਖ ਰਾਇਟਸ ਆ, ਸੋ ਆਈ ਹੈਵ ਟੂ ਓਬਜੈਕਟ। ਮੈਂ ਜ਼ਿੰਦਗੀ ਲਾਈ ਹੈ ਉਸ ਚੀਜ਼ ਤੇ ਕਿ ਜਿਹੜਾ ਬੰਦਾ ਐਡੀ ਜਸਟਿਸ ਦੀ ਪੋਜੀਸ਼ਨ ਤੋਂ ਹੋ ਕੇ ਇਹ ਨਹੀਂ ਸਮਝ ਰਿਹਾ ਕਿ ਰਾਇਟਸ ਸੀ ਕਿ ਕਾਰਨੇਜ ਸੀ, ਉਹ ਵੀ ਸਿੱਖ ਹੋ ਕੇ, ਅਤੇ ਉਹ ਵੀ ਉਹ ਈਵੈਂਟ 'ਤੇ ਬੋਲ ਰਿਹਾ ਜਿੱਥੇ ਗਿਆਨੀ ਜੈਲ ਸਿੰਘ ਦੀ ਬੁੱਕ ਆ। ਇਹ ਜਸਟੀਫਾਈ ਕਰ ਰਿਹਾ ਗਿਆਨੀ ਜੈਲ ਸਿੰਘ ਦੇ ਰੋਲ ਨੂੰ, ਮੈਂ ਉਸ ਨੂੰ ਟੋਟਲੀ ਅਪੋਜ਼ ਕਰਦਾ। ਔਰ ਅਪੋਜ਼ ਕਰਨ ਦਾ ਕਾਰਨ? ਮੈਂ ਆਉਣਾ ਨਹੀਂ ਸੀਗਾ, ਇਹਨੇ ਕੇ ਸੀ ਸਿੰਘ ਨੇ ਮੈਨੂੰ ਮੈਸੇਜ ਭੇਜਿਆ ਪਰਸਨਲ, ਦੈਟ ਵਾਜ਼ ਆਈ ਵਾਜ਼ ਦੈਟਸ ਵਾਈ